ਕੀ ਤੁਹਾਡਾ ਨਾਮ ਮੁੱਖ ਮੰਤਰੀ ਦੀ ਲਿਸਟ 'ਚ ਵੀ ਆਉਂਦਾ ਰਿਹਾ ਕਿਸੇ ਟਾਈਮ? ਚਲੋ ਇਸੇ ਜੀ ਨੇ ਤਾਂ ਮਰਵਾਤਾ ਹੋਊਗਾ ਸਾਨੂੰ ਸ਼ਾਇਦ। ਕਾਂਗਰਸ ਨੇ ਜੇ ਤੁਹਾਡੀਆਂ ਮੰਗਾਂ ਨਾ ਮੰਨੀਆਂ ਤਾਂ ਫਿਰ ਮੰਨ ਲਈਏ ਕਿ ਤੁਸੀਂ ਕਾਂਗਰਸ ਦੇ ਚੂਲੇ ਹਿਲਾ ਦਿਓਗੇ? ਮੈਂ ਵਜ਼ੀਦਾਂ ਕਿ ਮੇਰਾ ਫੈਸਲਾ ਜਿਹੜਾ ਮੇਰੇ ਬ੍ਰਦਰਸ ਉਹ ਕਰਨਗੇ। ਜੇ ਉਹ ਮੈਨੂੰ ਕਹਿ ਤਾ ਪਾਰਟੀ ਛੱਡ ਦਿਓ ਤਾਂ ਮੈਂ ਛੱਡ ਦਿਆਂਗਾ, ਜੇ ਉਹਨਾਂ ਨੇ ਕਿਹਾ ਕਾਂਗਰਸ ਰਹੋ ਤਾਂ ਕਾਂਗਰਸ ਰਹਿਣਾ। ਮੈਂ ਜਿਵੇਂ ਪੰਜਾਬੀ ਦੀ ਠੇਠ ਜ਼ਬਾਨ 'ਚ ਕਹਿ ਤਾ ਵੀ ਜੇ ਮੈਨੂੰ ਕਹਿਣ ਖੂਹ ਛਾਲ ਮਾਰਦੇ ਮਾਰ। ਜਗਤ ਰੰਧਾਵਾ ਸਾਹਿਬ ਨੇ ਐਂ ਤਾਂ ਨਹੀਂ ਕੋਈ ਹੋਰ ਅਹੁਦਿਆਂ ਦੀ ਪੇਸ਼ਕਸ਼ ਕੀਤੀ ਹੋਵੇ ਕਿ ਤੁਸੀਂ ਸਾਡੇ ਮਹਿਕਮੇ ਦੇ ਕੋਈ ਚੇਅਰਮੈਨੀਆਂ ਲੈ ਲਓ ਜਾਂ ਫਿਰ ਉਹਨਾਂ ਦੇ ਕੋਈ ਹੋਰ ਵੱਡੇ ਅਹੁਦੇ ਲੈ ਲਓ? ਤੁਸੀਂ ਇਹ ਸਮਝ ਸਕਦੇ ਹੋ ਕਿ ਮਹਿੰਦਰ ਸਿੰਘ ਕੇਪੀ ਇੱਦਾਂ ਦਾ ਸਸਤਾ ਬੰਦਾ ਹੈ? ਕਾਂਗਰਸ ਦੇ ਸਾਬਕਾ MP, ਸਾਬਕਾ ਕੈਬਨਿਟ ਮੰਤਰੀ ਅਤੇ ਸਾਬਕਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਮਹਿੰਦਰ ਸਿੰਘ ਕੇਪੀ ਅੱਜ ਕੱਲ੍ਹ ਪਾਰਟੀ ਤੋਂ ਨਿਰਾਸ਼ ਚੱਲ ਰਹੇ ਨੇ, ਕਿਉਂਕਿ ਉਹਨਾਂ ਨੂੰ ਉਮੀਦਾਂ ਸੀ ਕਿ ਪਾਰਟੀ ਉਹਨਾਂ ਦੇ ਉੱਪਰ ਭਰੋਸਾ ਜਿਤਾਵੇਗੀ, ਪਰ ਉਹਨਾਂ ਦੇ ਉੱਪਰ ਭਰੋਸਾ ਨਹੀਂ ਜਿਤਾਇਆ। ਲੰਬੀ ਜਿਹੜੀ ਹੈ ਇਹਨਾਂ ਨੂੰ ਇੰਤਜ਼ਾਰ ਸੀਗਾ, ਪਰ ਹੁਣ ਇਹਨਾਂ ਦਾ ਇੰਤਜ਼ਾਰ ਦਾ ਬੰਨ ਪੂਰੀ ਤਰ੍ਹਾਂ ਟੁੱਟ ਚੁੱਕਿਆ ਹੈ। ਹੁਣ ਇਹਨਾਂ ਨੇ ਬਗਾਵਤ ਦਾ ਰਾਹ ਅਖਤਿਆਰ ਲਿਆ ਹੈ। ਹਾਲਾਂਕਿ ਇਹਨਾਂ ਨੂੰ ਮਨਾਉਣ ਦੇ ਲਈ ਸੰਤੋਖ ਸਿੰਘ ਚੌਧਰੀ ਵੀ ਆਏ ਸੀ ਕੱਲ੍ਹ, ਅੱਜ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਪ੍ਰਗਟ ਸਿੰਘ ਇੱਥੇ ਆਏ ਨੇ। ਦੇਖਦੇ ਹਾਂ ਕਿ ਗੱਲਬਾਤ ਹੋਈ ਆ। ਸਾਡੇ ਨਾਲ ਨੇ ਮਹਿੰਦਰ ਸਿੰਘ KP। ਸਰ, ਕੀ ਗੱਲਬਾਤ ਹੋਈ ਆ ਕੈਬਨਿਟ ਮੰਤਰੀ ਹੋਣਾ ਨਾਲ? ਪਹਿਲੀ ਤਾਂ ਗੱਲ ਜਿਹੜੀ ਤੁਸੀਂ ਬਗਾਵਤ ਵਾਰ ਵਾਰ ਕਹਿੰਦੇ ਆ, ਮੈਂ ਕੋਈ ਬਗਾਵਤ ਨਹੀਂ ਕੀਤੀ। ਮੈਂ ਤਾਂ ਇਹੀ ਪਾਰਟੀ ਨੂੰ ਕਹਿ ਰਿਹਾ ਕਿ ਜੇ ਤੁਹਾਡੇ ਕੋਲ ਕੋਈ, ਅਸੀਂ ਉਮੀਦਵਾਰ ਸੀਗੇ, ਇੱਕ ਸ਼ਹੀਦ ਪਰਿਵਾਰ ਦੇ ਵਿੱਚੋਂ ਸੀਗੇ, ਸਾਡਾ ਇਹ ਰਾਈਟ ਬਣਦਾ ਸੀ, ਤੁਸੀਂ ਸਾਡੀ ਟਿਕਟ ਕੱਟ ਦਿੱਤੀ ਆ, ਅਤੇ ਇਹ ਇੱਕ ਸਿਆਸੀ ਕਤਲ ਆ, ਇਹ ਬਗਾਵਤ ਨਹੀਂ, ਇਹ ਸਿਆਸੀ ਕਤਲ ਆ। ਇਸ ਕਰਕੇ ਸਾਡੀ ਰੰਧਾਵਾ ਸਾਹਿਬ ਵੀ ਆਏ, ਪ੍ਰਗਟ ਸਿੰਘ ਹੋਣੀ ਵੀ ਆਏ, ਹੋਰ ਸਾਡੇ ਪ੍ਰਧਾਨ ਵੀ ਆਏ, ਉਹ ਆਪਣੀ ਇੱਕ ਪਰਸਨਲ ਕਪੈਸਿਟੀ 'ਤੇ ਆਏ। ਰੰਧਾਵਾ ਸਾਹਿਬ ਨੇ ਪਹਿਲਾਂ ਵੀ ਦੱਸਿਆ ਕਿ ਮੈਂ ਪਰਸਨਲ ਕਪੈਸਿਟੀ ਦੇ ਵਿੱਚ ਆਇਆ, ਲੇਕਿਨ ਉਹਨਾਂ ਨੇ ਸਾਡੀਆਂ ਗੱਲਾਂ ਸੁਣੀਆਂ, ਉਹ ਗੱਲਾਂ ਸੁਣ ਕੇ ਉਹ ਗੱਲਾਂ ਤੋਂ ਪ੍ਰਭਾਵਿਤ ਵੀ ਹੋਏ, ਔਰ ਉਹਨਾਂ ਨੇ ਮੰਨਿਆ ਕਿ ਗੱਲਾਂ ਜਿਹੜੀਆਂ ਤੁਹਾਡੀਆਂ ਠੀਕ ਹੈ। ਅਤੇ ਉਹ ਕਹਿੰਦੇ ਆ, ਉਹਨਾਂ ਨੇ ਭਰੋਸਾ ਦਿੱਤਾ ਕਿ ਮੈਂ ਹਾਈਕਮਾਂਡ ਨਾਲ, ਜਾਖੜ ਸਾਹਿਬ ਨਾਲ, CM ਸਾਹਿਬ ਨਾਲ ਗੱਲ ਕਰਾਂਗਾ, ਅਤੇ ਮੇਰਾ ਉਹੀ ਸਟੈਂਡ ਆ ਕਿ ਮੇਰਾ ਪਰਿਵਾਰ ਬਾਹਰੋਂ ਆਏਗਾ ਅਤੇ ਫਿਰ ਅਸੀਂ ਫੈਸਲਾ ਕਰਨਾ। ਉਹ ਵੀ ਕਹਿੰਦੇ ਮੈਂ ਪਰਿਵਾਰ ਦਾ ਮੈਂਬਰ ਹਾਂ। ਮੈਂ ਕਿਹਾ ਜਿੱਦਣ ਮੇਰੇ ਆ ਗਿਆ ਪਰਿਵਾਰ ਮੈਂ ਤੁਹਾਨੂੰ ਵੀ ਬੁਲਾ ਲਵਾਂਗਾ ਅਤੇ ਅਸੀਂ ਫੈਸਲਾ ਕਰਾਂਗੇ। ਉਹ ਪਰਸਨਲ ਤੌਰ 'ਤੇ ਆਏ, ਉਹਨਾਂ ਜਿਵੇਂ ਦੱਸਿਆ ਕਿ ਤੁਹਾਡੇ ਫਾਦਰ ਸਾਹਿਬ ਨਾਲ ਉਹਨਾਂ ਨਾਲ ਬਹੁਤ ਜ਼ਿਆਦਾ ਸਾਂਝ ਸੀਗੀ, ਪਰ ਤੁਹਾਨੂੰ ਲੱਗਦਾ ਕਿ ਉਹਨਾਂ ਦੇ ਆਉਣ ਨਾਲ ਕੋਈ ਫਰਕ ਪੈ ਜੂਗਾ? ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਧਿਆਨ 'ਚ ਮਾਮਲਾ ਸ਼ਾਇਦ ਅਜੇ ਤੱਕ ਨਹੀਂ ਆ, ਨਾ ਪ੍ਰਧਾਨ ਸਾਹਿਬ ਨੇ ਕੋਈ ਬਿਆਨ ਦਿੱਤਾ ਆ ਤੁਹਾਨੂੰ ਲੈ ਕੇ, ਕਿਉਂਕਿ ਹਾਲਾਂਕਿ ਜਿਵੇਂ ਸ਼ੁਰੂ ਦੇ ਵਿੱਚ ਹੀ ਕਿਹਾ ਕਿ ਕੋਈ ਅਹੁਦਾ ਨਹੀਂ ਜਿਹੜਾ ਵੱਡਾ ਤੁਸੀਂ ਛੱਡਿਆ ਹੋਵੇ, ਪਰ ਕਿਉਂ ਲੀਡਰਸ਼ਿਪ ਇੰਨੀ ਅਣਦੇਖੀ ਕਰ ਰਹੀ ਹੈ? ਨਹੀਂ, ਦੇਖੋ, ਜੇ ਉਹ ਐਜ਼ ਭਾਈਚਾਰਕ ਸਾਂਝ ਦੇ ਤੌਰ ਦੇ ਉੱਤੇ ਹੈ, ਨਾਲ ਨਾਲ ਉਹ ਪੰਜਾਬ ਦੇ ਕੈਬਨਿਟ ਮਿਨਿਸਟਰ ਵੀ ਹੈ, ਔਰ ਜਿਹੜੇ ਸਾਡੇ ਪ੍ਰਧਾਨ ਆ ਜਾਖੜ ਸਾਹਿਬ, ਉਹਨਾਂ ਦੇ ਨਾਲ ਉਹਨਾਂ ਦਾ ਪੂਰਾ ਤਾਲਮੇਲ ਆ, ਅਤੇ ਉਹ ਆਪਣੇ ਗੱਲ ਕਰਨਗੇ। ਅਸੀਂ ਉਹਨਾਂ ਨੂੰ ਗੱਲ ਦੱਸ ਦਿੱਤੀ ਹੈ, ਆਹ ਗੱਲ ਆ ਵੀ ਤੁਸੀਂ ਇਹਨੂੰ ਜੇ ਕੋਈ ਕਿਸੇ ਤਰੀਕੇ ਦਾ ਨਾਲ ਵੀ ਇਸ ਜਿਹੜਾ ਇਹਨੂੰ ਠੀਕ ਕਰੋ, ਜਿਹੜੀ ਜੋ ਮੈਨੂੰ ਰੋਸ ਹੈ ਉਹ ਦੂਰ ਕਰੋ ਮੇਰਾ। ਅੱਛਾ, ਕਿਤੇ ਰੰਧਾਵਾ ਸਾਹਿਬ ਨੇ ਐਂ ਤਾਂ ਨਹੀਂ ਕੋਈ ਹੋਰ ਅਹੁਦਿਆਂ ਦੀ ਪੇਸ਼ਕਸ਼ ਕੀਤੀ ਹੋਵੇ ਕਿ ਤੁਸੀਂ ਸਾਡੇ ਮਹਿਕਮੇ ਦੇ ਕੋਈ ਚੇਅਰਮੈਨੀਆਂ ਲੈ ਲਓ ਜਾਂ ਫਿਰ ਉਹਨਾਂ ਦੇ ਕੋਈ ਹੋਰ ਵੱਡੇ ਅਹੁਦੇ ਲੈ ਲਓ? ਤੁਸੀਂ ਇਹ ਸਮਝ ਸਕਦੇ ਹੋ ਕਿ ਮਹਿੰਦਰ ਸਿੰਘ KP ਇੱਦਾਂ ਦਾ ਸਸਤਾ ਬੰਦਾ ਹੈ? ਸਾਡੇ ਪਰਿਵਾਰ ਨੇ ਸ਼ਹਾਦਤਾਂ ਦਿੱਤੀਆਂ, ਔਰ ਅਸੀਂ ਕਦੇ ਅੱਜ ਤੱਕ ਇਹ, ਨਾਲੇ ਮੈਂ PCC ਪ੍ਰਧਾਨ ਰਹਿ ਚੁੱਕਾ, ਮੈਂ ਵਰਕਿੰਗ ਕਮੇਟੀ ਦਾ ਮੈਂਬਰ ਰਹਿ ਚੁੱਕਾ। ਕਿ ਤੁਹਾਡਾ ਨਾਮ ਮੁੱਖ ਮੰਤਰੀ ਦੀ ਲਿਸਟ 'ਚ ਵੀ ਆਉਂਦਾ ਰਿਹਾ ਕਿਸੇ ਟਾਈਮ? ਚਲੋ ਇਸੇ ਜੀ ਨੇ ਤਾਂ ਮਰਵਾਤਾ ਹੋਊਗਾ ਸਾਨੂੰ ਸ਼ਾਇਦ, ਲੇਕਿਨ ਮੈਂ ਇਹ ਬੇਨਤੀ ਕਰਦਾ ਕਿ ਦੇਖੋ, ਇਹ ਜਿਹੜਾ ਤੁਸੀਂ ਅਹੁਦਿਆਂ ਦੀ ਗੱਲ ਕਰ ਰਹੇ ਹੋ, ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਕੋਈ ਇੱਦਾਂ ਦੀ ਚੇਅਰਮੈਨੀ ਜਾਂ ਕੋਈ ਇੱਦਾਂ ਦਾ ਅਹੁਦਾ ਨਹੀਂ ਹੈ ਜਿਹਦੇ ਲਈ ਮੈਂ ਫਿੱਟ ਹੋਵਾਂ। ਜੇ ਮੇਰੀ ਕੋਈ ਇੱਦਾਂ ਦੀ ਗੱਲ ਹੁੰਦੀ, ਮਨਸ਼ਾ ਹੁੰਦੀ, ਤਾਂ ਅੱਜ ਤੱਕ ਮੈਂ 2 ਸਾਲ ਦੇ ਵਿੱਚ ਕੁਛ ਨਾ ਕੁਛ ਪ੍ਰਾਪਤ, ਮਤਲਬ ਕਹਿ ਦਿੰਦਾ ਸਰਕਾਰ ਨੂੰ ਵੀ ਮੈਨੂੰ ਆਹ ਦਿਓ। ਇਸ ਕਰਕੇ ਅਸੀਂ ਨਿਰੋਲ ਜਿਹੜੇ ਔਰਗਨਾਈਜੇਸ਼ਨ ਦੇ ਬੰਦੇ ਹਾਂ, ਪਾਰਟੀ ਲਈ ਕੰਮ ਕੀਤਾ, ਔਰ ਜਿਹੜਾ ਪਾਰਟੀ ਦਾ ਜਿਹੜਾ ਔਰਗਨਾਈਜੇਸ਼ਨ ਦਾ ਬੰਦਾ ਹੁੰਦਾ, ਹੁਣ ਜਿਵੇਂ ਰੰਧਾਵਾ ਸਾਹਿਬ ਦੇ ਫਾਦਰ ਸੀ, ਉਹਨਾਂ ਨੂੰ ਗਵਰਨਰਸ਼ਿਪ ਔਫਰ ਕੀਤੀ ਗਈ ਸੀ, ਉਹਨਾਂ ਨੇ ਕਿਹਾ ਮੈਂ ਨੌਕਰੀ ਥੋੜ੍ਹੋ ਕਰਨੀ ਹੈ। ਤਾਂ ਅਸੀਂ ਉੱਦਾਂ ਦੇ ਸੰਸਕਾਰੀ ਪਰਿਵਾਰਾਂ ਦੇ ਵਿੱਚੋਂ ਹਾਂ, ਸਾਨੂੰ ਕੋਈ ਮਿਲੇ ਨਾ ਮਿਲੇ, ਲੇਕਿਨ ਅਸੀਂ ਆਪਣੇ ਸੰਸਕਾਰ ਜਿਹੜੇ ਉਹ ਨਹੀਂ ਛੱਡਣੇ। ਅੱਛਾ, ਅੱਜ ਦੇ ਸਮੇਂ ਅੰਦਰ ਮਹਿੰਦਰ ਸਿੰਘ KP ਕਿੱਥੇ ਸਟੈਂਡ ਕਰਦੇ ਆ ਜਾਂ ਫਿਰ ਕਿਹੜੇ ਅਹੁਦੇ 'ਚ ਫਿੱਟ ਬੈਠਦੇ? ਤੁਸੀਂ ਆਪਣੇ ਆਪ ਨੂੰ ਕਿਹੜੇ ਅਹੁਦੇ 'ਚ ਫਿੱਟ ਸਮਝਦੇ ਹੋ? ਨਹੀਂ, ਮੈਂ ਕੋਈ ਅਹੁਦੇ ਦਾ ਭੁੱਖਾ ਨਹੀਂ ਹਾਂ, ਮੈਂ ਕਿਸੇ ਅਹੁਦੇ ਨਾਲ ਚੇਅਰਮੈਨੀ ਦਾ ਭੁੱਖਾ ਨਹੀਂ ਹਾਂ, ਮੈਂ ਕਿਸੇ ਚੀਜ਼ ਦਾ ਭੁੱਖਾ ਨਹੀਂ। ਮੇਰੇ ਅਸੂਲ ਆ, ਮੈਂ ਆਪਣੇ ਅਸੂਲ 'ਤੇ ਖੜਾਂ, ਮੇਰੇ ਨਾਲ ਧੱਕਾ ਹੋਇਆ ਪਾਰਟੀ ਨੇ ਕੀਤਾ, ਮੇਰਾ ਇਹੀ ਮੈਂ ਕਹਿਣਾ ਹੈ। ਹੁਣ ਫਿਰ ਟਿਕਟ ਲੈ ਕੇ ਹੀ ਮੰਨੋਗੇ? ਨਹੀਂ, ਇਹ ਤਾਂ ਪਾਰਟੀ ਨੇ ਫੈਸਲਾ ਕਰਨਾ ਹੈ, ਪਾਰਟੀ ਕਰ ਲਏਗੀ ਫੈਸਲਾ, ਜਿੱਦਾਂ ਦੇ ਫੈਸਲਾ ਹੋਏਗਾ ਕਰ ਲਾਂਗੇ, ਜੇ ਨਹੀਂ ਅਨੁਕੂਲ ਫੈਸਲਾ ਹੋਏਗਾ ਫਿਰ ਜਿੱਦਾਂ ਸਾਡਾ ਪਰਿਵਾਰ ਫੈਸਲਾ ਕਰੂਗਾ ਅਸੀਂ ਉੱਦਾਂ ਕਰ ਲਾਂਗੇ। ਕਿਉਂਕਿ ਦੋਵਾਂ ਜਗ੍ਹਾ ਤੋਂ ਉੱਪਰ ਜਿਹੜੇ ਤਾਂ ਦਾਅਵੇਦਾਰੀ ਠੋਕੀ ਸੀਗੀ, ਜਲੰਧਰ ਜਾਂ ਹੁਸ਼ਿਆਰਪੁਰ, ਦੋਵਾਂ ਦੇ ਉੱਪਰ ਕੈਂਡੀਡੇਟ ਅਨਾਊਂਸ ਕਰ ਦਿੱਤੇ ਆ, ਹੁਣ ਜੇ ਉਹਨਾਂ ਦੀਆਂ ਟਿਕਟਾਂ ਵਾਪਸ ਲੈਂਦੇ ਆ, ਤੁਹਾਨੂੰ ਦਿੰਦੇ ਆ, ਤਾਂ ਫਿਰ ਪਾਰਟੀ 'ਚ ਉਹ ਬਗਾਵਤ ਕਰ ਲੈਣਗੇ। ਤੁਹਾਨੂੰ ਨਹੀਂ ਲੱਗਦਾ ਵੀ ਕਿਤੇ ਨਾ ਕਿਤੇ ਇਹ ਤੁਹਾਡੇ ਲਈ ਵੀ ਖਤਰਨਾਕ ਹੋ ਸਕਦਾ ਸਿਆਸੀ ਭਵਿੱਖ ਦੇ ਲਈ?
ਇਹ ਕੋਈ ਗੱਲ ਨਹੀਂ ਹੁੰਦੀ। ਮੈਨੂੰ ਯਾਦ ਆ ਜਦੋਂ ਇੱਥੇ ਵਿਧਾਨ ਸਭਾ ਦੀਆਂ ਚੋਣਾਂ ਸੀ, ਪਹਿਲਾਂ ਬਿੱਟੂ ਜੀ ਨੂੰ ਟਿਕਟ ਮਿਲੀ, ਫਿਰ ਗੁਪਤਾ ਜੀ ਨੂੰ ਮਿਲੀ, ਫਿਰ ਹੈਨੀ ਸਾਹਿਬ ਨੂੰ ਮਿਲੀ। ਕਦੇ ਕਦੇ ਪਾਰਟੀ ਇੱਦਾਂ ਦੇ ਫੈਸਲੇ ਪਾਰਟੀ ਨੂੰ ਲੈਣੇ ਪੈਂਦੇ ਆ। ਮੈਂ ਇਹ ਨਹੀਂ ਕਹਿੰਦਾ ਵੀ ਇਹੀ ਫੈਸਲਾ ਹੋਏਗਾ, ਅਸੀਂ ਤਾਂ ਆਪਣੀ ਜਿੱਥੇ ਵੀ ਉਹਨਾਂ ਦੀ ਸਾਡੀ ਪਹੁੰਚ ਹੈ ਜਿੱਥੇ ਤੱਕ ਵੀ, ਅਸੀਂ ਉਹਨਾਂ ਨੂੰ ਆਪਣੀ ਦੱਸ ਦਿੱਤੀ ਹੈ, ਫੈਸਲਾ ਆਪੇ ਹੀ ਕਰਨਗੇ। ਅੱਛਾ, ਅੱਜ ਇਹ ਵੀ ਗੱਲ ਉੱਡੀ ਸੀਗੀ ਕਿ ਅੱਜ ਸੁਖਬੀਰ ਬਾਦਲ ਹੋਣੀ ਤੁਹਾਨੂੰ ਮਿਲਣ ਆ ਰਹੇ ਆ, ਕਿੰਨੀ ਕੁ ਸੱਚਾਈ ਹੈ ਇਸ ਗੱਲ ਦੇ ਵਿੱਚ? ਤੁਸੀਂ ਸਵੇਰ ਦੇ ਮੇਰੇ ਇੱਥੇ ਸਾਰੇ ਕੈਮਰਾਮੈਨ ਆ, ਵੀ ਤੁਸੀਂ ਦੇਖ ਲਓ ਕੋਈ ਕਦੋਂ ਆਏ ਆ, ਕੋਈ ਇਹ ਤਾਂ ਹੈ ਨਹੀਂ ਵੀ ਉਹ ਥੱਲਿਓਂ ਦੀ ਕੋਈ ਗੁਫਾ ਵਿੱਚ ਦੀ ਚਲੇ ਗਏ ਆ। ਚਰਚਾ ਸੀਗੀ ਉਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਸੁਖਜਿੰਦਰ ਸਿੰਘ ਰੰਧਾਵਾ ਹੋਣੀ ਆ ਰਹੇ, ਉਹਨਾਂ ਨੇ ਪਲੈਨ ਆਪਣਾ ਪੋਸਟਪੋਨ ਕਰਤਾ? ਉਹਨਾਂ ਨੂੰ ਪਤਾ ਹੋਏ, ਮੈਨੂੰ ਨਹੀਂ। ਤੁਹਾਡੀ ਗੱਲ ਹੋ ਰਹੀ ਹੈ ਅਕਾਲੀਆਂ ਨਾਲ ਜਾਂ ਆਮ ਆਦਮੀ ਪਾਰਟੀ ਜਾਂ ਕਿਸੇ ਹੋਰ ਨਾਲ? ਕਿਸੇ ਪਾਰਟੀ ਨਾਲ ਨਹੀਂ, ਔਫਰਾਂ ਸਾਰੀਆਂ ਪਾਰਟੀਆਂ ਤੋਂ, ਮੈਂ ਕਿਸੇ ਪਾਰਟੀ ਦੇ ਨਾਲ ਕਿਸੇ ਦੇ ਨਾਲ ਮੈਂ ਤਾਲਮੇਲ ਨਹੀਂ ਰੱਖਿਆ। ਔਫਰ ਜ਼ਰੂਰ ਕੋਈ ਤੁਹਾਨੂੰ ਕਰਤਾ, ਕੋਈ ਹੋਰ ਕਰਤਾ, ਸੱਜੇ ਗੱਪੇ ਆਉਂਦੀਆਂ, ਬਟ ਸਿੱਧੀ ਅਪਰੋਚ ਵੱਡੇ ਲੀਡਰ ਨੇ ਕਿਹਨੇ ਕੀਤੇ ਹੁਣ ਤੱਕ? ਨਹੀਂ, ਇਹ ਗੱਲਾਂ ਨਹੀਂ ਹੁੰਦੀਆਂ। ਦੇਖੋ, ਰਾਜਨੀਤੀ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਜਿਹਦੇ ਉੱਤੇ ਉੱਤੇ ਪਰਦਾ ਪਾਉਣ ਦੀ ਲੋੜ ਹੁੰਦੀ, ਤੋ ਇਸ ਕਰਕੇ ਕੋਈ ਇੱਦਾਂ ਦੀ ਗੱਲ ਨਹੀਂ। ਲੋਕ ਦੂਜੀਆਂ ਪਾਰਟੀਆਂ ਇਸ ਕਰਕੇ ਸਾਨੂੰ ਅਪਰੋਚ ਕਰਦੀਆਂ ਕਿ ਸਾਡਾ ਦਮਨ ਜਿਹੜਾ ਸਾਫ਼ ਹੈ, ਸਾਡੀ ਪਰਿਵਾਰ ਦੀ ਛਵੀ ਸਾਫ਼ ਹੈ, ਮੇਰੀ ਆਪਣੀ ਛਵੀ ਸਾਫ਼ ਹੈ, ਇਸ ਕਰਕੇ ਉਹ ਲੋਕ ਜਿਹੜੇ ਆ ਸਾਨੂੰ ਮਤਲਬ ਭਰਮਾਉਂਦੇ ਨੇ। ਹੁਣ ਜੇ ਸਿੱਧੀ ਗੱਲ ਕਰੀਏ, ਲੋਕ ਵੀ ਜਾਣਨਾ ਚਾਹੁੰਦੇ ਆ। ਮੈਂ ਪਹਿਲੀ ਇੰਟਰਵਿਊ ਕੀਤੀ, ਬਹੁਤ ਜ਼ਿਆਦਾ ਕਮੈਂਟ ਆਏ ਥੱਲੇ, ਤੁਹਾਡੇ ਹੱਕ 'ਚ ਵੀ ਆਏ, ਚਲੋ ਖਿਲਾਫ ਵੀ ਆਏ, ਉਹ ਦੋਵੇਂ ਤਰ੍ਹਾਂ ਦੀਆਂ। ਹੁਣ ਲੋਕ ਇਹ ਜਾਣਨਾ ਚਾਹੁੰਦੇ ਆ ਕਿ ਮਹਿੰਦਰ ਸਿੰਘ ਕੇਪੀ ਕਿਹੜੀ ਚੀਜ਼ ਨਾਲ ਮੰਨਣਗੇ? ਨਹੀਂ, ਮੈਂ ਕੋਈ ਚੀਜ਼ ਦੀ, ਕਿਉਂਕਿ ਲੋਕ ਤੁਹਾਡੇ ਨਾਲ ਜੁੜੇ ਬਹੁਤ ਜ਼ਿਆਦਾ ਨੇ, ਲੋਕ ਤੁਹਾਡੇ ਨਾਲ ਇੱਕ ਤਬਕਾ ਬਹੁਤ ਜ਼ਿਆਦਾ ਜੁੜਿਆ, ਹਾਲਾਂਕਿ ਕਾਫ਼ੀ, ਪਰ ਹੁਣ ਉਹਨਾਂ ਲੋਕਾਂ ਨੂੰ ਆਸ ਹੈ ਤੁਹਾਡੇ ਤੋਂ, ਹੁਣ ਲੋਕ ਉਹ ਵੀ ਜਾਣਨਾ ਚਾਹੁੰਦੇ ਆ ਕਿ ਮੰਨਣਗੇ ਕਿੱਦਾਂ? ਨਹੀਂ, ਦੇਖੋ, ਰੁਸਨ ਮੰਨਣ ਦੀ ਗੱਲ ਨਹੀਂ ਹੁੰਦੀ ਰਾਜਨੀਤੀ 'ਚ। ਮੈਂ ਹਰ ਵਾਰੀ ਕਹਿੰਦਾ ਹੁੰਦਾ, ਰਾਜਨੀਤੀ ਦੇ ਵਿੱਚ ਜਿੱਤ ਹਾਰ ਕੋਈ ਮਾਇਨੇ ਨਹੀਂ ਰੱਖਦੀ, ਟਿਕਟ ਮਿਲੇ ਨਾ ਮਿਲੇ ਇਸ ਗੱਲ ਦਾ ਵੀ ਕੋਈ ਗੱਲ ਨਹੀਂ ਹੁੰਦਾ। ਲੋਕਾਂ ਦੇ ਨਾਲ ਨਿਰੰਤਰ ਤੁਹਾਡਾ ਜੁੜੇ ਰਹਿਣਾ, ਸਮਾਜ ਦੀ ਸੇਵਾ ਕਰਨੀ, ਇਹੀ ਮੈਂ ਕਹਿੰਦਾ ਸਭ ਤੋਂ ਵੱਡਾ। ਅਗਰ ਤੁਸੀਂ ਸਮਾਜ ਦੀ ਸੇਵਾ ਕਰਨੀ ਤਾਂ ਰਾਜਨੀਤੀ ਸਭ ਤੋਂ ਵਧੀਆ ਪਲੇਟਫਾਰਮ ਹੈ। ਇਸ ਕਰਕੇ ਅਸੀਂ ਸਮਾਜ ਦੀ ਸੇਵਾ ਕਰਦੇ ਹਾਂ, ਲੋਕਾਂ ਦੀ ਸੇਵਾ ਕਰਦੇ ਹਾਂ, ਅਤੇ ਲੋਕ ਸਾਡੇ ਨਾਲ ਜੁੜੇ ਆ। ਤੁਸੀਂ ਦੇਖ ਰਹੇ ਹੋ ਜਿਹੜੇ ਲੋਕ ਆਉਂਦੇ ਆ, ਤੁਸੀਂ ਇੱਥੇ ਦੇਖਿਆ, ਮੈਂ ਦੇਖਿਆ ਮੇਰੀਆਂ ਭੈਣਾਂ ਰੋਂਦੀਆਂ ਸੀ ਸਵੇਰੇ, ਕਲਪਦੀਆਂ ਪਈਆਂ ਸੀਗੀਆਂ, ਅਤੇ ਉਹ ਕਾਂਗਰਸ ਪਾਰਟੀ ਦੇ ਪ੍ਰਤੀ ਲਫ਼ਜ਼ ਵੀ ਇੱਦਾਂ ਦੇ ਯੂਜ਼ ਕਰ ਰਹੀਆਂ ਸੀ ਜਿਹੜਾ ਮੈਨੂੰ ਥੋੜ੍ਹਾ ਜਿਹਾ ਮਹਿਸੂਸ ਹੋ ਰਿਹਾ ਸੀ ਮੇਰੇ ਘਰ ਦੇ ਵਿੱਚ। ਪਰ ਉਹਨਾਂ 'ਚ ਗੁੱਸਾ ਹੈ, ਗੁੱਸਾ ਇਸ ਕਰਕੇ ਹੈ ਕਿ ਉਹ, ਮੈਂ ਉਹਨਾਂ ਦਾ ਹਰਮਨ ਪਿਆਰਾ, ਉਹਨਾਂ ਦਾ ਮੈਂ ਕਹਿ ਸਕਦੇ ਹਾਂ ਕਿ ਉਹਨਾਂ ਦਾ ਭਰਾ ਹਾਂ, ਉਹਨਾਂ ਦਾ ਬੇਟਾ ਹਾਂ, ਉਹਨਾਂ ਦਾ ਮੈਂ ਸਾਥੀ ਹਾਂ। ਉਹ ਇਸ ਕਰਕੇ ਉਹ ਆਪਣੀ ਹਰਮਨ ਜਿਹੜੀ ਆਪਣੀ ਉਹ ਪਿਆਰ ਜਿਹੜਾ ਉਜਾਗਰ ਕਰ। ਅੱਛਾ, ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਸਮਝੀਏ ਵੀ ਕੀ ਹੋ ਸਕਦਾ ਫੈਸਲਾ, ਆਜ਼ਾਦ ਵਾਲਾ ਜਾਂ ਕਿਸੇ ਹੋਰ ਪਾਰਟੀ ਜਾਂ ਕਾਂਗਰਸ ਤੋਂ ਹੀ? ਤੁਸੀਂ ਇੰਨੇ ਉਤਾਵਲੇ ਨਾ ਹੋਵੋ, ਇਹ ਫੈਸਲੇ ਜਿਹੜੇ ਆ ਇੱਕ ਦੋ ਦਿਨਾਂ 'ਚ, ਦੇਖੋ ਮੈਂ ਹਜੇ ਵੀ ਲੇਟ ਹੋ ਜਾਓ ਤੁਸੀਂ, ਨਹੀਂ ਕੋਈ ਗੱਲ ਨਹੀਂ, ਲੇਟ ਹੋ ਜਾਏ ਫਿਰ ਕੀ ਹੋ ਗਿਆ, ਇਹਦੇ 'ਚ ਕੋਈ ਏਡੀ ਨਹੀਂ ਗੱਲ। ਲੇਕਿਨ ਮੈਂ ਵਜ਼ੀਦਾਂ ਕਿ ਮੇਰਾ ਫੈਸਲਾ ਜਿਹੜਾ ਮੇਰੇ ਬ੍ਰਦਰਸ ਉਹ ਕਰਨਗੇ, ਜੇ ਉਹ ਮੈਨੂੰ ਕਹਿ ਤਾ ਪਾਰਟੀ ਛੱਡ ਦਿਓ ਤਾਂ ਮੈਂ ਛੱਡ ਦਿਆਂਗਾ, ਜੇ ਉਹਨਾਂ ਨੇ ਕਿਹਾ ਕਾਂਗਰਸ 'ਚ ਰਹੋ ਤਾਂ ਕਾਂਗਰਸ 'ਚ ਰਹਿਣਾ। ਮੈਂ ਜਿਵੇਂ ਪੰਜਾਬੀ ਦੀ ਠੇਠ ਜ਼ਬਾਨ 'ਚ ਕਹਿ ਤਾ ਵੀ ਜੇ ਮੈਨੂੰ ਕਹਿਣ ਖੂਹ 'ਚ ਛਾਲ ਮਾਰਦੇ ਮਾਰ ਦਿਆਂਗਾ। ਅੱਛਾ, ਮੇਰਾ ਆਖਰੀ ਸਵਾਲ ਆ, ਕਾਂਗਰਸ ਨੇ ਜੇ ਤੁਹਾਡੀਆਂ ਮੰਗਾਂ ਨਾ ਮੰਨੀਆਂ ਤਾਂ ਫਿਰ ਮੰਨ ਲਈਏ ਕਿ ਤੁਸੀਂ ਕਾਂਗਰਸ ਦੇ ਚੂਲੇ ਹਿਲਾ ਦਿਓਗੇ? ਦੇਖੋ, ਇਹ ਨਹੀਂ ਗੱਲ ਹੁੰਦੀ, ਗੱਲ ਅਸੂਲ ਦੀ ਹੁੰਦੀ ਆ। ਮੈਂ ਜਦੋਂ ਮੈਂ ਕਿਹਾ ਵੀ ਮੈਂ ਆਪਣੇ ਅਸੂਲ 'ਤੇ ਖੜਾਂ, ਮੇਰੀ ਟਿਕਟ ਬਣਦੀ ਸੀ, ਮੈਨੂੰ ਮਿਲਣੀ ਚਾਹੀਦੀ ਸੀ। ਹੁਣ ਜੇ ਨਹੀਂ ਹੈ ਤਾਂ ਠੀਕ ਆ, ਉਹ ਜੋ ਵੀ ਸੁੱਖੀ ਰੰਧਾਵਾ ਜੀ ਆਏ ਆ, ਜੋ ਹਾਈਕਮਾਂਡ ਨੂੰ ਦੱਸ ਦੇਣਗੇ, ਕੋਈ ਐਡੀ ਗੱਲ ਨਹੀਂ। ਧੰਨਵਾਦ ਗੱਲਬਾਤ ਕਰਨ ਲਈ। ਸੋ ਇਹ ਸਨ ਮਹਿੰਦਰ ਸਿੰਘ ਕੇਪੀ, ਕਾਂਗਰਸ ਦੇ ਸੀਨੀਅਰ ਲੀਡਰ, ਹਾਲਾਂਕਿ ਇਹਨਾਂ ਦਾ ਨਾਮ ਇੱਕ ਟਾਈਮ ਮੁੱਖ ਮੰਤਰੀ ਦੇ ਲਈ ਵੀ ਚੱਲਦਾ ਰਿਹਾ ਹੈ, ਪਰ ਹੁਣ ਇਹ ਚੀਜ਼ ਜਿਹੜੀ ਆ ਇਹਨਾਂ ਨੂੰ ਨਹੀਂ ਭਾ ਰਹੀ, ਕਹਿੰਦੇ ਨੇ ਕਿ ਸ਼ਾਇਦ ਇਸੇ ਚੀਜ਼ ਨੇ ਸਾਨੂੰ ਮਾਰਿਆ ਆ। ਪਰ ਹੁਣ ਇਹਨਾਂ ਦਾ ਸਟੈਂਡ ਇਹੀ ਹੈ ਕਿ ਜਦੋਂ ਇਹਨਾਂ ਦੇ ਪਰਿਵਾਰਕ ਮੈਂਬਰ ਬਾਹਰੋਂ ਆਉਣਗੇ ਉਹਦੇ ਉੱਪਰ ਹੀ ਇਹ ਫੈਸਲਾ ਲੈਣਗੇ, ਦੇਖਣਗੇ ਕਿ ਪਾਰਟੀ ਛੱਡਣੀ ਆ ਜਾਂ ਨਹੀਂ। ਕੈਮਰਾਮੈਨ ਪਵਨ ਕਨੌਜੀਆ ਦੇ ਨਾਲ ਮਨਦੀਪ ਸਿੰਘ, ਦੈਨਿਕ ਸਵੇਰਾ ਟੀਵੀ, ਜਲੰਧਰ। ਜੇਕਰ ਤੁਹਾਡੇ ਆਸ ਪਾਸ ਹੋ ਰਹੀ ਹੈ ਚੋਣ ਜ਼ਾਬਤੇ ਦੀ ਉਲੰਘਣਾ ਜਾਂ ਫਿਰ ਵਾਪਰ ਰਹੀ ਹੈ ਕੋਈ ਵੱਡੀ ਘਟਨਾ ਤਾਂ ਚੱਕੋ ਮੋਬਾਈਲ ਤੇ ਦੈਨਿਕ ਸਵੇਰਾ ਦੇ ਇਸ ਮੋਬਾਈਲ ਨੰਬਰ ਤੇ ਦਿਓ ਪੂਰੀ ਜਾਣਕਾਰੀ। ਦੈਨਿਕ ਸਵੇਰਾ ਬਣੇਗਾ ਤੁਹਾਡੀ ਆਵਾਜ਼ ਤੇ ਨਸ਼ਰ ਕਰੇਗਾ ਤੁਹਾਡੀ ਹਰ ਸਮੱਸਿਆ। ਇਸ ਦੇ ਨਾਲ ਹੀ ਲੋਕ ਸਭਾ 2019 ਦੀ ਹਰ ਅਪਡੇਟ ਦੇਖਣ ਦੇ ਲਈ ਸਬਸਕ੍ਰਾਈਬ ਕਰੋ ਦੈਨਿਕ ਸਵੇਰਾ ਦਾ ਆਫੀਸ਼ੀਅਲ ਯੂਟਿਊਬ ਚੈਨਲ ਤੇ ਲਾਈਕ ਕਰੋ ਦੈਨਿਕ ਸਵੇਰਾ ਦਾ ਆਫੀਸ਼ੀਅਲ ਫੇਸਬੁੱਕ ਪੇਜ। ਪੇਜ ਨੂੰ ਲਾਈਕ ਕਰਨ ਦੇ ਲਈ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਲਈ ਡਿਸਕ੍ਰਿਪਸ਼ਨ 'ਚ ਦਿੱਤੇ ਲਿੰਕ 'ਤੇ ਕਰੋ ਕਲਿੱਕ ਤੇ ਤੁਰੰਤ ਪਾਓ ਇਹਨਾਂ ਚੋਣਾਂ ਦੀ ਹਰ ਜਾਣਕਾਰੀ।